ਭਾਵੇਂ ਕੂਕਾ ਲਹਿਰ ਹੋਵੇ, ਬੱਬਰ ਕਾਲੀ ਲਹਿਰ ਹੋਵੇ, ਗਦਰ ਲਹਿਰ ਹੋਵੇ, ਕਾਮਾ ਗਾਟਾ ਮਾਰੂ ਹੋਵੇ, ਪਗੜੀ ਸੰਭਾਲ ਜੱਟਾ, ਜਿੰਨੀਆਂ ਵੀ ਲਹਿਰਾਂ ਚੱਲੀਆਂ ਪੰਜਾਬ ਚੋਂ ਚੱਲੀ। ਇਸ ਕਰਕੇ ਪੰਜਾਬ ਲਈ 26 ਜਨਵਰੀ ਤੇ 15 ਅਗਸਤ ਖਾਸ ਨੇ, ਕਿਉਂਕਿ ਅਸੀਂ ਲੈ ਕੇ ਦਿੱਤੇ ਨੇ। ਇਸ ਕਰਕੇ ਅਸੀਂ ਆਪਣਾ ਹੱਕ ਜਤਾਉਂਦੇ ਹਾਂ ਕਿ ਸਾਡੇ ਨੇ। ਪਰ ਦੁੱਖ ਦੀ ਗੱਲ ਹੈ, ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿ ਨਹੀਂ ਜੀ, ਪੰਜਾਬ ਦੀ ਝਾਕੀ ਨਹੀਂ ਆਊਗੀ। ਆਹ ਤੁਹਾਡੇ ਸਾਹਮਣੇ ਝਾਕੀਆਂ ਖੜੀਆਂ ਨੇ, ਇਹਦੇ ਚ ਕੁਛ ਗਲਤ ਲਿਖਿਆ ਹੋਇਆ, ਇਹਦੇ ਚ ਕੁਛ ਗਲਤ ਕਿਹਾ ਹੋਇਆ, ਇੱਕ ਵਾਰ ਦੱਸ ਦੋ। ਆਹ ਝਾਕੀਆਂ ਨੇ, ਉਹ ਫੁਲਕਾਰੀ ਕੱਢਦੀ ਕੁੜੀ ਹੈ, ਉਹ ਜਲਿਆਂ ਵਾਲੇ ਬਾਗ ਹੈ, ਉਹ ਭਗਤ ਸਿੰਘ ਕਰਤਾਰ ਸਰਾਭੇ ਨੇ, ਉਹ ਗਦਰੀ ਬਾਬੇ ਨੇ, ਤੇ ਸਾਨੂੰ ਕੱਢ ਕੇ ਆਜ਼ਾਦੀਆਂ ਦੇ ਦਿਵਸ ਕਿਵੇਂ ਮਨਾ ਲਓਗੇ ਫਿਰ ਤੁਸੀਂ? ਫਿਰ ਕਹਿੰਦੇ ਨੇ ਬੋਲਦਾ, ਫਿਰ ਕਹਿੰਦੇ ਨੇ ਭਗਵੰਤ ਮਾਨ ਬੋਲਦਾ। ਬੋਲੂੰਗਾ ਨੀ ਮੈਂ? ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ, ਤਾਂ ਉੱਥੇ ਮੈਂ ਬੋਲੂੰਗਾ, ਕੋਈ ਗੱਲ ਨੀ। ਸਾਡੇ ਭਗਤ ਸਿੰਘਾਂ, ਸਾਡੇ ਕਰਤਾਰ ਸਰਾਭਿਆਂ, ਸਾਡੇ ਰਾਜਗੁਰੂ ਸੁਖਦੇਵਾਂ, ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕੱਟਣੀ। ਪਰ ਜੇ ਅੱਜ 26 ਜਨਵਰੀ ਚ ਆ ਝਾਕੀਆਂ ਪਾ ਲੈਂਦੇ, ਤੁਹਾਡੀ 26 ਜਨਵਰੀ ਦੀ ਇੱਜ਼ਤ ਵੱਧ ਜਾਣੀ ਸੀ, ਸਾਡੀ ਨਹੀਂ ਕੱਟਣੀ। ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਸੁਖਦੇਵ, ਦੀਵਾਨ ਸਿੰਘ ਕਾਲੇ ਪਾਣੀ, ਸਾਰਿਆਂ ਦੀਆਂ ਝਾਕੀਆਂ ਅਸੀਂ ਵਿੱਚ ਪਾਈ, ਕੋਈ ਗੱਲ ਨੀ। ਕਈ ਵਾਰੀ ਹੁੰਦਾ ਪੰਜਾਬ ਨੂੰ ਲੜਨਾ ਪੈਂਦਾ, ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ। ਪੂਰੇ ਦੇਸ਼ ਦਾ ਪੇਟ ਭਰਦਾ ਪੰਜਾਬ, 182 ਲੱਖ ਮੀਟ੍ਰਿਕ ਟਨ, 182 ਲੱਖ ਮੀਟ੍ਰਿਕ ਟਨ ਚੌਲ ਪੈਦਾ ਕਰਕੇ ਦਿੰਦੇ ਹਾਂ ਅਸੀਂ। ਉਸ ਚੱਕਰ ਚ ਅਸੀਂ ਅੱਧੀ ਧਰਤੀ ਗਵਾਲੀ, ਸਾਡਾ ਪਾਣੀ 650-600 ਫੁੱਟ ਤੇ ਚਲਾ ਗਿਆ, ਫਿਰ ਸਾਡੇ ਨਾਲ ਲੜਾਈਆਂ, MSP ਨਹੀਂ ਦੇਵਾਂਗੇ, ਆ ਕਰਾਂਗੇ, ਉਹ ਕਰਾਂਗੇ, ਕਿਉਂ ਕਰਦੇ ਹੋ ਯਾਰ ਸਾਡੇ ਨਾਲ ਇੱਦਾਂ? 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ, ਉਧਰੋਂ ਡਰੋਨ, ਪਿਸਤੌਲ, ਡਰੱਗ, ਪਤਾ ਨੀ ਕੀ ਆਈ ਜਾਂਦਾ, ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ। ਸੋ ਇਸ ਕਰਕੇ ਮੈਂ ਕਿ ਪੰਜਾਬ ਬਹੁਤ ਵਫਾਦਾਰ ਸਟੇਟ ਹੈ, ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ, ਜਾਂ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ, ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜਾਵੇ ਫਿਰ।